ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਅੱਜ ਆਪਾਂ ਕਵਰ ਕਰਾਂਗੇ BA ਸੈਮੈਸਟਰ 1 ਦੇ ਇੰਗਲਿਸ਼ ਕੰਪਲਸਰੀ ਦੇ ਸ਼ਾਰਟ ਕੁਐਸਚਨ ਜਿਹੜੇ ਇੰਪੋਰਟੈਂਟ ਨੇ ਐਸ ਪਰ ਐਗਜ਼ਾਮ ਪਰਸਪੈਕਟਿਵ ਲੌਂਗ ਕੁਐਸਚਨਸ ਦੇ ਰਿਗਾਰਡਿੰਗ ਵੀਡੀਓ ਮੈਂ ਆਲਰੇਡੀ ਪਾ ਚੁੱਕੀ ਹਾਂ ਪ੍ਰੀਵੀਅਸ ਵੀਡੀਓ ਸੀ ਜਾ ਕੇ ਚੈੱਕ ਆਊਟ ਕਰ ਲੈਣਾ ਅਤੇ ਨਾਲ ਹੀ ਜਿਹੜੇ ਬੱਚੇ ਹਿਸਟਰੀ ਰਿਲੀਜੀਅਨ ਸੋਸ਼ੀਓਲੋਜੀ ਆਪਟ ਕੀਤੀ ਹੋਈ ਹੈ ਉਹਨਾਂ ਦੇ ਰਿਗਾਰਡਿੰਗ ਵੀ ਮੈਂ ਤਿਆਰੀ ਕਰਾ ਰਹੀ ਹਾਂ ਟੌਪਿਕਸ ਕਾਫੀ ਸਾਰੇ ਆ ਚੁੱਕੇ ਨੇ ਕਾਫੀ ਸਾਰੇ ਆਣ ਵਾਲੇ ਨੇ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਲਿਓ ਤਾਂ ਕਿ ਕੋਈ ਵੀ ਪੀਡੀਐਫ ਸਿਲੇਬਸ ਰਿਗਾਰਡਿੰਗ ਜਾਂ ਐਗਜ਼ਾਮ ਰਿਗਾਰਡਿੰਗ ਡੇਟ ਸ਼ੀਟ ਰਿਗਾਰਡਿੰਗ ਅਤੇ ਨੋਟਸ ਰਿਗਾਰਡਿੰਗ ਤੁਹਾ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਸਭ ਤੋਂ ਪਹਿਲਾ ਇੰਪੋਰਟੈਂਟ ਕੁਐਸਚਨ ਹੈ ਡਿਸਕ੍ਰਾਈਬ ਫਰੈਂਡਸ਼ਿਪ ਆਫ ਮਿਨੀ ਐਂਡ ਕਬਲੀ ਵਾਲਾ ਇੱਥੇ ਰਹਿਮਾਨ ਵੀ ਲਿਖਿਆ ਆ ਸਕਦਾ ਹੈ ਸੋ ਉਹਨਾਂ ਦੋਨਾਂ ਦੀ ਬੌਂਡਿੰਗ ਉਹਨਾਂ ਦੋਨਾਂ ਦੀ ਫਰੈਂਡਸ਼ਿਪ ਬਾਰੇ ਕੋਈ ਵੀ ਕੁਐਸਚਨ ਪੁੱਛਿਆ ਜਾਵੇ ਤਾਂ ਤੁਸੀਂ ਇਹ ਕੁਐਸਚਨ ਲਿਖ ਕੇ ਆਉਣਾ ਠੀਕ ਹੈ ਆਨਸਰ ਜਿਹੜਾ ਹੈ 4 ਤੋਂ 6 ਲਾਈਨਾਂ ਦਾ 5 ਤੋਂ 7 ਲਾਈਨਾਂ ਦਾ ਇਨਫ ਹੈ ਠੀਕ ਹੈ ਇਸ ਤੋਂ ਜ਼ਿਆਦਾ ਸ਼ੀਟਸ ਪਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਤਾਂ ਇੱਕ ਸ਼ੀਟ ਦੇ ਉੱਤੇ ਹੋ ਸਕੇ ਤਾਂ ਦੋ ਜਾਂ ਢਾਈ ਜਿਹੜੇ ਹੈ ਸ਼ਾਰਟ ਕੁਐਸ਼ਨ ਤੁਸੀਂ ਅਟੈਂਪਟ ਕਰਨੇ ਆ ਸੋ ਦੋਸਤੋ ਹੁਣੀ ਇਹ ਕੁਐਸ਼ਨ ਲਿਖ ਕੇ ਰੱਖ ਲੈਣਾ ਅਤੇ ਲੌਂਗ ਕੁਐਸ਼ਨ ਵੀ ਜਿਹੜੇ ਮੈਂ ਤੁਹਾਨੂੰ ਦੱਸੇ ਨੇ 10 ਕੁਐਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਹੀ ਉਹੀ ਤੁਸੀਂ ਤਿਆਰ ਕਰਕੇ ਜਾ ਸਕਦੇ ਹੋ ਵਾਈ ਰਹਿਮਾਨ ਵਾ ਸੈਂਟ ਟੂ ਜੇਲ ਇਹ ਸੈਕੰਡ ਕੁਐਸਚਨ ਹੈ ਰਹਿਮਾਨ ਨੂੰ ਜੇਲ ਕਿਉਂ ਭੇਜਿਆ ਗਿਆ ਕਿਉਂ ਕੀ ਕਾਰਨ ਸੀ ਉਹ ਜੇਲ ਗਿਆ ਸੋ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਰੈਕਟਰ ਸਕੈਚ ਆਫ ਮਿਨੀ ਇਹ ਸ਼ਾਰਟ ਚ ਵੀ ਆ ਜਾਂਦਾ ਲੌਂਗ ਚ ਵੀ ਆ ਜਾਂਦਾ ਪਰ ਮੋਸਟਲੀ ਸ਼ਾਰਟ ਚ ਆਉਂਦਾ ਅਤੇ ਨਾਲ ਹੀ ਕਈ ਵਾਰ ਪੁੱਛ ਲੈਂਦੇ ਨੇ ਕਿ ਮਿਨੀ ਦੀ ਮਮਾ ਦਾ ਕਰੈਕਟਰ ਲਿਖੋ ਠੀਕ ਹੈ ਕਰੈਕਟਰ ਆਫ ਮਿਨੀਜ਼ ਮਦਰ ਸੋ ਇਹ ਵੀ ਕਦੇ ਕਦੇ ਆਉਂਦਾ ਪਰ ਮਿਨੀ ਜਿਹੜਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਕਰੈਕਟਰ ਹੈ ਫੇਰ ਹੈ ਡਿਸਕ੍ਰਾਈਬ ਦਾ ਗਰਲ ਹੂ ਵਾਸ ਟਰੈਵਲਿੰਗ ਵਿਦ ਦਾ ਨਰੇਟਰ ਉਸ ਲੜਕੀ ਦੇ ਬਾਰੇ ਦੱਸੋ ਜਿਹੜੀ ਨਰੇਟਰ ਨਾਲ ਟਰੈਵਲ ਕਰ ਰਹੀ ਸੀ ਦਾ ਆਈਜ਼ ਆਰ ਨਾਟ ਹੇਅਰ ਚੈਪਟਰ ਦਾ ਇਹ ਜਿਹੜਾ ਕੁਐਸਚਨ ਹੈ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਪਾਂ ਦੱਸ ਸਕਦੇ ਹਾਂ ਕਿ ਲੜਕੀ ਦੇ ਬਾਲ ਬਹੁਤ ਅੱਛੇ ਸੀ ਹੈ ਨਾ ਜੋ ਵੀ ਉਹ ਡਿਸਕ੍ਰਾਈਬ ਕਰ ਰਿਹਾ ਸੀ ਨਰੇਟਰ ਸੋ ਪੰਜ ਸੱਤ ਲਾਈਨਾਂ ਨੇ ਆਪਣੀਆਂ ਹੁਣੇ ਲਿਖ ਕੇ ਰੱਖ ਲਓ ਹੂ ਵਾਸ ਵਿਰਿੰਦਰ ਮੋਰੀ ਐਂਡ ਹੂ ਐਂਡ ਵਾਟ ਵਾਸ ਦਾ ਕੰਪਲੇਂਟ ਅਗੇਂਸਟ ਹਿਮ ਡੈਥ ਆਫ ਦਾ ਹੀਰੋ ਚੈਪਟਰ ਜਿਹੜਾ ਹੈ ਉਸ ਦਾ ਇਹ ਕੁਐਸਚਨ ਹੈ ਇੰਪੋਰਟੈਂਟ ਕੁਐਸਚਨ ਹੈ ਵਰਿੰਦਰ ਮੋਰੇ ਕੌਣ ਸੀ ਅਤੇ ਉਸ ਦੇ ਅਗੇਂਸਟ ਕੀ ਕੰਪਲੇਂਟ ਸੀ ਸੋ بگੜਿਆ ਹੋਇਆ ਬੱਚਾ ਸੀ ਹੈ ਨਾ ਇਹ ਸੋ ਇਹਦੇ ਬਾਰੇ ਲਿਖਣਾ ਹੈ ਹੂ ਇਜ਼ ਦਾ ਹੀਰੋ ਹਾਊ ਡਿਡ ਹੀ ਡਾਈਸ ਦੇਖੋ ਹੀਰੋ ਕੌਣ ਸੀ ਹੀਰੋ ਸੀਗਾ ਮਿਸਟਰ ਟੈਗਡੇ ਜਿਹੜੇ ਉਹਦੇ ਟੀਚਰ ਸੀ ਉਹਨਾਂ ਦੇ ਅੰਦਰਲਾ ਨਾਇਕ ਸੀ ਤੇ ਉਹ ਕਿੱਦਾਂ ਮਰ ਜਾਂਦਾ ਕਿਉਂਕਿ ਜੋ ਪਈ ਸੀ ਹੈ ਨਾ ਉਹਨਾਂ ਦੀ ਸੋ ਇਹ ਜਿਹੜਾ ਕੁਐਸਚਨ ਦੋਨੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕੰਟੀਨਿਊਸਲੀ ਇਹੀ ਪੁੱਛੇ ਜਾਂਦੇ ਨੇ who was ayana petapoff and what was his cause of misery ayana petapoff kon si te ode dukh da ki karan si kyuki oda eklota ladka mar gaya si hai na to ayana petapoff kon si koda chalaanda si hai na baggi chalaanda si so the grief wale chapter jo ye question hai bahut hi zyada important question hai nali question hai puchhla janda vi oh phoot wangu kyon lag raha tha why he was looking like a ghost ਕਿ ਕਿ ਹੈ ਨਾ ਬਰਫ਼ ਦੇ ਨਾਲ ਕੋੜਾ ਤੇ ਉਹ ਭਰੇ ਹੋਏ ਹੁੰਦੇ ਨੇ ਤਾਂ ਕਰਕੇ ਪੂਰਾ ਚਿੱਟਾ-ਚਿੱਟਾ ਦਾ ਵਾਲ ਚਿੱਟੇ ਹੋਏ ਹੁੰਦੇ ਨੇ ਸੋ ਇਹ ਵੀ ਕਦੇ-ਕਦੇ ਕੁਐਸਚਨ ਪੁੱਛ ਲੈਣਾ ਲੇਕਿਨ ਇਹ ਜਿਹੜਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਅਗਲਾ ਕੁਐਸਚਨ ਹੈ ਹਾਊ ਡਿਡ ਅੰਕਲ ਪੋਜ਼ਰ ਹੈਂਗ ਅ ਪਿਕਚਰ ਔਨ ਦਾ ਵਾਲ ਅੰਕਲ ਪੋਜ਼ਰ ਵਾਲੇ ਚੈਪਟਰ ਚੋ ਲੌਂਗ ਕੁਐਸਚਨ ਜਿਹੜਾ ਹੈ ਅੰਕਲ ਪੋਜ਼ਰ ਦਾ ਕੈਰੈਕਟਰ ਜ਼ਰੂਰ ਆਂਦਾ ਹੈ ਲੇਕਿਨ ਸ਼ਾਰਟ ਛੇ ਵਾਲਾ ਕੁਐਸਚਨ ਆਂਦਾ ਹੈ ਕਿ ਅੰਕਲ ਪੋਜ਼ਰ ਨੇ ਪਿਕਚਰ ਕਿੱਦਾਂ ਲਗਾਈ ਵਾਲ ਦੇ ਉੱਤੇ ਸੋ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਮੈਨੂੰ ਬਹੁਤ ਪਸੰਦ ਆਇਆ ਚੈਪਟਰ ਹੈ ਨਾ ਬਹੁਤ ਹੀ ਇੰਟਰਸਟਿੰਗ ਚੈਪਟਰ ਹੈ ਸੋ ਵਾਟ ਹੈਪਨਡ ਵੈਨ ਅੰਕਲ ਪੋਜ਼ਰ ਫਾਲ ਔਨ ਦਾ ਪਿਆਨੋ ਪਿਆਨੋ ਤੇ ਜਦੋਂ ਅੰਕਲ ਪੋਜ਼ਰ ਗਿਰੀਏ ਤਾਂ ਕੀ ਹੋਇਆ ਓਬਵੀਅਸ ਇੱਕ ਡੇਂ ਉਸ ਤੋਂ ਬਾਅਦ 10th ਕੁਐਸਚਨ ਹੈ ਵਟ ਸੇਵਡ ਗੋਪਾਲ ਗੋਪਾਲ ਨੂੰ ਕਿਸ ਚੀਜ਼ ਨੇ ਬਚਾਇਆ ਠੀਕ ਹੈ ਹਾਊ ਵਾਸ ਗੋਪਾਲ ਸੇਵਡ ਗੋਪਾਲ ਨੂੰ ਕਿੱਦਾਂ ਬਚਾਇਆ ਗਿਆ ਹੈਨਾ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਬਾਰ-ਬਾਰੇ ਰਿਪੀਟ ਹੁੰਦਾ ਹੈ ਕਿ ਡਾਕਟਰ ਜਿਹੜਾ ਰਮਨ ਸੀਗਾ ਉਹਦੇ ਵਰਡਸ ਨੇ ਕਿ ਹਾਂ ਕੁਝ ਨਹੀਂ ਹੋਇਆ ਤੂੰ ਠੀਕ ਹੋ ਜਾਏਗਾ ਨਾ ਉਹਨਾਂ ਨੇ ਜਦੋਂ ਅਸ਼ੂਰ ਕੀਤਾ ਸੀ ਉਹਨੂੰ ਤਾ ਉਸਦੇ ਨਾਲ ਗੋਪਾਲ ਦਾ ਜਿਹੜਾ ਹੈ ਜੀਵਨ ਬਚ ਗਿਆ बिकॉज ਉਹਦੇ ਚਾਂਸਸ ਬਹੁਤ ਘੱਟ ਸੀ ਤੇ ਇਹ ਇੰਪੋਰਟੈਂਟ ਕੁਐਸ਼ਨ ਹੈ ਫੇਰ ਅਗਲਾ ਕੁਐਸ਼ਨ ਹੈਗਾ ਕਿ ਸ਼ਾਰਟ ਨੋਟ ਔਨ ਫਰੈਂਡਸ਼ਿਪ ਆਫ ਡਾਕਟਰ ਗੋਪਾਲ ਐਂਡ ਰਮਨ ਡਾਕਟਰ ਰਮਨ ਅਤੇ ਸੌਰੀ ਡਾਕਟਰ ਗੋਪਾਲ ਅਤੇ ਰਮਨ ਦੇ ਜਿਹੜੇ ਹੈਗੇ ਨੇ ਸੌਰੀ ਇੱਥੇ ਡਾਕਟਰ ਨਹੀਂ ਆਣਾ ਡਾਕਟਰ ਇੱਥੇ ਨਹੀਂ ਆਣਾ ਗੋਪਾਲ ਤੇ ਡਾਕਟਰ ਰਮਨ ਜਿਹੜੇ ਸੀਗੇ ਉਹਨਾਂ ਦਾ ਫਰੈਂਡਸ਼ਿਪ ਦੇ ਬਾਰੇ ਲਿਖੋ ਠੀਕ ਹੈ ਸੋ ਇਹ ਕੁਐਸ਼ਨ ਬਹੁਤ ਹੀ ਇੰਪੋਰਟੈਂਟ ਹੈ ਡਾਕਟਰ ਰਮਨ ਤੇ ਗੋਪਾਲ ਦੀ ਫਰੈਂਡਸ਼ਿਪ ਕਿਤਨੀ ਦੀ ਸੀ ਵਟ ਡਿਡ ਦ ਡਾਕਟਰ ਟੈਲ ਗੋਪਾਲਸ ਵਾਈਫ ਹੁਣ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਡਾਕਟਰ ਰਮਨ ਨੇ ਗੋਪਾਲ ਦੀ ਵਾਈਫ ਨੂੰ ਕੀ ਦੱਸਿਆ ਠੀਕ ਹੈ ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਇਹ ਤਿੰਨੇ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਆਉਂਦੇ ਨੇ ਵਾਈ ਡਿਡ ਅ ਮਿਡਲ 에ਜਡ ਮੈਨ ਵਾਂਟ ਟੂ ਸੇਲ ਹਿਸ ਟੂ ਪੈਰਟਸ ਐਂਡ ਵਾਈ ਡਿਡ ਦ ਨਰੇਟਰ ਬਾਏ ਹਿਮ ਜਿਹੜਾ ਅਤਖੜ ਉਮਰ ਦਾ ਆਦਮੀ ਸੀ ਉਹ ਤੋਤੇ ਕਿਉਂ ਵੇਚਣਾ ਚਾਹੁੰਦਾ ਸੀਗਾ ਤੇ ਨਰੇਟਰ ਨੇ ਕਿਉਂ ਖਰੀਦੇ ਇਹ ਇਸ ਕੁਐਸਚਨ ਚੈਪਟਰ ਚ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਕੇਜ ਵਾਲੀ ਜਿਹੜੀ ਪੈਰਟਸ ਵਾਲੀ ਜਿਹੜੀ ਸਟੋਰੀ ਹੈਗੀ ਆ ਫਿਰ ਕੁਐਸਚਨ ਆਉਂਦਾ ਹੈਗਾ ਕਿ ਵਾਈ ਡਿਡ ਪੈਰਟਸ ਨਾਟ ਫਲਾਈ ਇਮੀਡੀਏਟਲੀ ਆਫਟਰ ਰੀਲੀਜ਼ ਜਦੋਂ ਉਹਨਾਂ ਨੂੰ ਤੋਤਿਆਂ ਨੂੰ ਰੀਲੀਜ਼ ਕਰ ਦਿੱਤਾ ਗਿਆ ਆਜ਼ਾਦ ਕਰ ਦਿੱਤਾ ਗਿਆ ਤਾਂ ਇਮੀਡੀਏਟਲੀ ਉੱਡ ਕੇ ਕਿਉਂ ਨਹੀਂ ਗਏ ਹੈਨਾ ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਹਾਊ ਇਜ਼ ਅ ਕੇਜ ਸਿੰਬਲ ਇਨ ਦਾ ਸਟੋਰੀ ਇਹ ਲੌਂਗ ਚ ਵੀ ਕਈ ਵਾਰ ਪੁੱਛ ਲਿਆ ਜਾਂਦਾ ਲੇਕਿਨ ਸ਼ਾਰਟ ਚ ਤਾਂ ਆਬਵੀਅਸ ਗੱਲ ਹੈ ਕਿ ਅਸ਼ੋਰੈਂਸ ਹੈ ਕਿ ਇਹ ਕੁਐਸਚਨ ਜ਼ਰੂਰ ਆਉਂਦਾ ਹੈ ਕਿ ਕੇਜ ਪਿੰਜਰਾ ਜਿਹੜਾ ਹੈਗਾ ਇਸ ਕਹਾਣੀ ਦੇ ਵਿੱਚ ਇੱਕ ਸਿੰਬਲ ਕਿੱਦਾਂ ਹੈਗਾ ਵਾਈ ਇਜ਼ ਕੇਜ਼ੀਆ ਡਿਫਰੈਂਟ ਫਰਮ ਹਰ ਫੈਮਿਲੀ ਸੋ ਇਹ ਡੋਲਸ ਹਾਊਸ ਵਾਲੇ ਚੈਪਟਰ ਚੋਂ ਕੁਐਸਚਨ ਹੈ ਕਿ ਕੇਜ਼ੀਆ ਜਿਹੜੀ ਸੀ ਆਪਣੇ ਪਰਿਵਾਰ ਤੋਂ ਅਲੱਗ ਕਿਦਾਂ ਸੀ ਡਿਸਕ੍ਰਾਈਬ ਡੋਲਸ ਹਾਊਸ ਲੌਂਗ ਚ ਵੀ ਇਹ ਇੰਪੋਰਟੈਂਟ ਹੈ ਸ਼ਾਰਟ ਚ ਵੀ ਇਹ ਇੰਪੋਰਟੈਂਟ ਹੈ ਕਿ ਜਿਹੜੀ ਗੁੱਡੀ ਹੈ ਉਸ ਦਾ ਘਰ ਦੇ ਬਾਰੇ ਦੱਸੋ ਕਿਦਾਂ ਦਾ ਉਸ ਦਾ ਘਰ ਸੀ ਸੋ ਅਗਰ ਤੁਸੀਂ ਵੱਡਾ ਤਿਆਰ ਕਰ ਲਓ ਤਾਂ ਸ਼ਾਰਟ ਤੁਹਾਨੂੰ ਤਿਆਰ ਕਰਨ ਦੀ ਲੋੜ ਨਹੀਂ ਉਹਦੇ ਵਿੱਚ ਵੀ ਪੰਜ ਸੱਤ ਲਾਈਨਾਂ ਲਿਖਿਆ ਹੋਣਗੇ ਫਿਰ ਹੈ ਵਾਈ ਡਿਡ ਜੋਏ ਐਂਡ ਡੈਲੀਆ ਲਾਈ ਟੂ ਈਚ ਅਦਰ ਜੋਏ ਤੇ ਡੈਲੀਆ ਨੇ ਇੱਕ ਦੂਜੇ ਨੂੰ ਝੂਠ ਕਿਉਂ ਬੋਲਿਆ ਸੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਅ ਸਰਵਿਸ ਆਫ ਲਵ ਦੇ ਵਿੱਚੋਂ ਫਿਰ ਇਸ ਦੀ ਐਂਡਿੰਗ ਜਿਹੜੀ ਹੈ ਅ ਸਰਵਿਸ ਆਫ ਲਵ ਇਹ ਵੀ ਬਹੁਤ ਇੰਪੋਰਟੈਂਟ ਹੈ ਤੇ ਨਾਲ ਹੀ ਜਿਹੜਾ ਹੈ ਕੁਐਸਚਨ ਇੱਕ ਆਂਦਾ ਹੈ 20th ਕੁਐਸਚਨ ਜਿਹੜਾ ਹੈਗਾ ਉਹ ਹੈ ਵਾਈ ਇਜ਼ ਅ ਯੰਗ ਮੈਨ ਸਿਟਿੰਗ ਇਨ ਦਾ ਪਾਰਕ ਯੰਗ ਮੈਨ ਜਿਹੜਾ ਸੀ ਸਿਟੀ ਜਿਹੜਾ ਸੀ ਕਿਉਂ ਬੈਠਾ ਸੀ ਪਾਰਕ ਦੇ ਵਿੱਚ ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਇਹੀ ਕੁਐਸਚਨ ਪੁੱਛਿਆ ਜਾਂਦਾ ਹੈ ਬਾਰ-ਬਾਰ ਇਸ ਤੋਂ ਅਲੱਗ ਕੁਐਸਚਨ ਨਹੀਂ ਆਉਂਦਾ ਐਂਡਿੰਗ ਆਫ ਸਟੋਰੀ ਡਸਕ ਡਸਕ ਵਾਲੀ ਸਟੋਰੀ ਦੇ ਵਿੱਚ ਐਂਡ 'ਚ ਕੀ ਹੋਇਆ ਤਾਂ 4-5 ਲਾਈਨਾਂ 5-7 ਲਾਈਨਾਂ ਜਿਹੜੀਆਂ ਐ ਕਟੋ-ਕਟ ਸ਼ਾਰਟ ਕੁਐਸਚਨ ਦੇ ਵਿੱਚ 7 ਲਾਈਨਾਂ ਤਾਂ ਲਿਖ ਕੇ ਆਣੀਆਂ ਨੇ ਕਈ ਵਾਰ ਹੋ ਜਾਂਦਾ ਕਿ ਬਹੁਤ ਸ਼ਾਰਟ ਕੁਐਸਚਨ ਇਮੀਡੀਏਟਲੀ ਜਿਹੜਾ ਹੈ ਬਿਲਕੁਲ ਸ਼ਾਰਟ ਪੁੱਛਿਆ ਪੁੱਛਿਆ ਜਾਂਦਾ ਤਾਂ ਆਪਾਂ ਉਹ ਦੋ ਤਿੰਨ ਲਾਈਨਾਂ ਦੇ ਲਿਖ ਕੇ ਆਵਾਂਗੇ ਲੇਕਿਨ ਕੋਸ਼ਿਸ਼ ਕਰਿਓ ਕਿ ਪੰਜ ਸੱਤ ਲਾਈਨਾਂ ਤੋਂ ਕੋਈ ਵੀ ਸ਼ਾਰਟ ਕੁਐਸਚਨ ਘੱਟ ਨਾਲ ਲਿਖ ਕੇ ਆਇਓ ਲੌਂਗ ਕੁਐਸਚਨ ਨੇ 10 15 ਲਾਈਨ 15 ਲਾਈਨ 16 ਲਾਈਨ 18 ਲਾਈਨਾਂ ਵੀ ਆਪਾਂ ਲਿਖ ਸਕਦੇ ਹਾਂ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਹੈ ਪੇਪਰ अटेम्प्ट ਕਰਨਾ ਹੈ ਕੋਈ ਵੀ ਚੀਜ਼ ਛੱਡਣੀ ਨਹੀਂ ਹੈ ਸ਼ਾਰਟ ਕੁਸ਼ਚਨ ਇਹ ਵਾਲੇ 21 ਤਿਆਰ ਕਰਕੇ ਜਾਓ ਲੌਂਗ ਕੁਸ਼ਚਨ ਨੇ ਉਹ ਵਾਲੇ 10 ਤਿਆਰ ਕਰ ਲਿਓ ਇਸ ਤੋਂ ਇਲਾਵਾ ਜਿਹੜਾ ਹੈਗਾ ਹੋਰ ਕੁਝ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਹੈ ਸੋ ਦੋਸਤੋ ਥੈਂਕ ਯੂ ਸੋ ਮੱਚ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਵੀ ਦਬਦਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਮਿਲਦੇ ਆ ਨਵੇਂ ਵੀਡੀਓ ਦੇ ਨਾਲ